ਜਿਕਣਾ ਮਰਜ਼ੀ ਕਰ ਲਾ ਆਪਾਂ ਧਾਨਾਂ 'ਚ ਪਾਣੀ ਖੜਨਾ ਚਾਹੀਦਾ ਹਾਂ ਨਾ ਮਤਲਬ ਪੱਧਰਾ ਖੜਨਾ ਚਾਹੀਦਾ ਇਹਨੂੰ ਪੁੱਛ ਪਾਣੀ ਦਾ ਸਾਲੇ ਗਰੰਟੀ ਆ ਬਸ ਫਿਰ ਤੂੰ ਕਰ ਥਾਲੀ ਜਿੱਥੇ 4 ਕਿੱਲੇ ਪਾਲ ਦੀ 9 ਕਿੱਲੇ ਪਾਲੇ ਮੋਟਰ ਨੇ ਪਿਛਲੇ ਸਾਲ ਦੱਸ ਸਬੂਤ ਕੋਲ ਬੈਠੇ ਆ ਉਹੀ ਨਹੀਂ ਫਿਰਦਾ ਇਹ ਉੱਥੇ ਮੰਡ 'ਚ ਇੱਕ ਸਾਈਡ ਸਾਲਾ ਬਿੰਡੇ ਇੰਨਾ ਇੰਨਾ ਪਾਣੀ ਖੜ ਜੇ ਕਰੇ ਇੱਕ ਸਾਈਡ ਸਾਲਾ ਇੰਨਾ ਖੜੇ ਕਰੇ ਚਲੀ ਜਾਨੀ ਦਾ ਹੋਇਆ ਹੋਇਆ ਜਦ ਹੋਇਆ ਜਿਹੜਾ ਇੰਨਾ ਕਿਤਾ ਉਹ ਸਾਲਾ ਸੁੱਕ ਜੇ ਕਰੇ ਪਹਿਲਾਂ ਹੀ ਉੱਚੀ ਦੀ ਐਂ ਦੱਦੇ ਬਿਨਾ ਉਤੇ ਬਿਨਾ ਲੇਜ਼ਰ ਤੇ ਨਾ ਵੀ ਘਟਾ ਇੰਨਾ ਪਾਣੀ ਖੜਾ ਸਾਰੇ ਤਾਲ ਨਹੀਂ ਮੈਂ ਦਿੱਤੀ ਉਹਦੇ ਬਟਾਲ ਵਾਲਾ ਨਾ ਉਹ ਥਾਲਾ ਥੋੜਾ ਜ਼ਿਆਦਾ ਸਮਝਣਾ ਪੈਂਦਾ ਕੰਮ ਲੰਬਾ ਚੌੜਾ ਹੁੰਦਾ ਉਹਦੇ ਬਿਨਾ ਇਹਨੇ ਕਿਹਾ ਕਹਿੰਦਾ ਮੈਂ ਇੱਧਰ ਨੂੰ ਪਾਣੀ ਤਾਰਨਾ ਮੈਂ ਕਿਹਾ ਉਤਰੂੰਗਾ ਪੁੱਛ ਭੱਜਦਾ ਠੀਕ ਆ ਬਾਕੀ ਬਾਈ ਸਲਾਹ ਇਦਾਂ ਹੈ ਵੀ ਜੇ ਲੋਟ ਲੱਗ ਗਿਆ ਡੌਲਾਂ ਡੁਲਾਂ ਪਾ ਕੇ ਮੈਂ ਲੇਜ਼ਰ ਮਰਵਾ ਦਾਂ ਨਾ ਜੇ ਤਾਂ ਬਈ ਮੈਂ ਕਿਹਾ ਲੇਜ਼ਰ ਕਰਾਉਣਾ ਹੋਇਆ ਮੜ ਪਤਲਾ ਪਤਲਾ ਤਾਂ ਫਿਰ ਮਿੱਟੀ ਲਾ ਲਈ ਸਵਾਗੇ ਨਾ ਹਨਾ ਚ ਦਲਵੀਰ ਨਹੀਂ ਫੇਰ ਨਾ ਜਿਹੜੀ ਜੇ ਇਹਦੇ ਚ ਆਏ ਕਰੀਏ ਵੀ ਆਪਾਂ ਬਹੁਤਾ ਟਾਈਮ ਨਹੀਂ ਲਾਉਣਾ ਸੇ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਬਈ ਮੋਟਰ ਪਰ ਆਏ ਵਿਦਿਆ ਤੇ ਹੱਛ ਵੀ ਨਾ ਦੀ ਅੱਜ ਗੇੜਾ ਮਾਰਨ ਆਇਆ ਤਾਂ ਮੈਂ ਉਦਣ ਦਾ ਆਇਆ ਨਹੀਂ ਤੇ ਬਾਕੀ ਹੱਛ ਵੀ ਨਾ ਹੀ ਲੱਗੇ ਵੇ ਇਧਰ ਕੰਮ ਕਰਨ खेत गन्ने वाले ज्यादा एनू गन्ने का ही शौक है ਇਹ ਵੀ ਦੇਖ ਲਈ ਤੂੰ ਹੁਣ ਤਾਂ ਬੱਟਾ ਖੁਰਚ ਲਈਆਂ ਮੈਂ ਐਵੇਂ ਵੀ ਨਾ ਪਾਣੀ ਉਰ ਲਈ ਹੈਂ ਤੇ ਯਾਰ ਤਾਂ ਕੇ ਨੂੰ ਸੰਭਾਲ ਦੇਣਾ ਗੱਗਾ ਪਿਆਰੇ ਕਰੂੰਗਾ ਰਿਓ ਉਹ ਤੇ ਯਾਰ ਤਾਂ ਫੇਰ ਕਰ ਦਵੇਂ ਸਾਡਾ ਵਿੱਚ ਬੱਚਾ ਬੜਾ ਬਣਾਉਣਾ ਜੇ ਸਾਨੂੰ ਪਾਉਣਾ ਮੋਟਰ ਹੈਗੀ ਇਹਨੂੰ ਪੱਖਾ ਲਾ ਦੇਣਾ ਕੂਲਰ ਦੂਆ 24 ਘੰਟੇ ਉਰੇ 24 ਘੰਟੇ ਆ ਜਾਣੀ ਲਾਈਟ 24 ਘੰਟੇ ਹੋਣੀ ਜੀਰੀ ਹੁਣ ਏਸੀ ਲਾਵੇ ਤਾਂ ਪੈ ਜਾਊਗਾ ਏਸੀ ਏਸੀ ਤਾਂ ਬਾਈ ਮੈਂ ਕਹਿ ਨਹੀਂ ਸਕਦਾ ਪੱਖਾ ਅਲਾਊਡ ਹੈਗਾ ਏ ਪੱਖਾ ਲਾ ਸਕਦੇ ਆ ਏਸੀ ਨਾ ਕੂਲਰ 24 ਘੰਟੇ ਵਾਲੀ ਹੁੰਦੀ ਫੇਰ ਪੱਖਾ ਕੂਲਰ ਲੈ ਆ ਦੀ ਕੂਲਰ ਤਾਂ ਲੈ ਆ ਸਕਦਾ ਤੂੰ ਬਾਕੀ ਹੁਣ ਨਾ ਇਹਦੇ ਮੈਂ ਕਿਹਾ ਵੀ ਸਪਰੇਅ ਕਰਕੇ ਫਿਰ ਮਿੱਟੀ ਲਾਈ ਥੱਲੇ ਜਿਹੜਾ ਮਾੜਾ ਮੋਟਾ ਨਿਕਲੂਗਾ ਕੱਖ ਕੱਲ ਨੂੰ ਨਾ ਕਰੀ ਅਜੇ ਰੁਕ ਖੁੱਲਣ ਦੇ ਕੱਖ ਯਾਰ ਜੇ ਨਿਕਲੇ ਹੁਣ ਹਾਂ ਮਾੜੇ ਮਾੜੇ ਨਿਕਲੇ ਨਾ ਫੇਰ ਕਰੀ ਮੈਂ ਕਹਿੰਦਾ ਵੀ ਜਿਹੜਾ ਉਹ ਤਾਂ ਰਗੜਤਾ ਜਿਹੜਾ ਆਹਾ ਏ ਹੁਣ ਰਹਿੰਦਾ ਇਹਦੇ ਪਰ ਮਾਰਦੀ ਇੱਕ ਵਾਰ ਫੇਰ ਵੱਜ ਜੂਗੀ ਠੀਕ ਆ ਉਹ ਤੇਰੀ ਮਰਜ਼ੀ ਇਹ ਸਲੇ ਨੇ ਜ਼ਿਆਦਾ ਚੜ ਜਾਣਾ ਜੇ ਦੋ ਸਪਰੇਅਾਂ ਕਰਨੀਆਂ ਤਾਂ ਜਿਹੜਾ ਸਾਈਡ ਵਾਲਾ ਕੱਖ ਹੈ ਇਹਨੇ ਚੜ ਜਾਣਾ ਆਪਾਂ ਨੇ ਕਿਹੜਾ ਗੱਬੇ ਮਾਰਨੀ ਡੋਲ ਨੂੰ ਗੱਬੇ ਦਾ ਖਰਚ ਤਾਂ ਗੱਬੇ ਦਾ ਜਾਂ ਹੋਊਗਾ ਜਾਂ ਮਾਰੂਗੇ ਸਾਈਡਾਂ ਦਾ ਇੱਕ ਪੰਪ ਲਾ ਜਾਣਾ ਸਾਰੇ ਇੱਕ ਪੰਪ ਲਾ ਦੇ ਜਿਹੜਾ ਹੁਣ ਆਪਾਂ ਆਪਣੀ ਸਾਈਡ ਖਰਚੀ ਜਿਹੜੀ ਇਧਰਲੀ ਸਾਈਡ ਉਹਦੇ ਪਰ ਸਪਰੇਅ ਹੋ ਜਵੇ ਸਾਰੀ ਡੋਲ ਸਾਫ ਵਧੂਗਾ ਨਹੀਂ ਫਿਰ ਬਾਕੀ ਇਧਰ ਵੀ ਬੱਟਾ ਨੂੰ ਕਹਿੰਦਾ ਚੌੜੀਆਂ ਕਰਨੇ ਨੂੰ ਮੈਂ ਕਿਹਾ ਤੂੰ ਚੌੜਾ ਜਿੰਦਾ ਕਰਕੇ ਆਇਓ ਲਾ ਲਈ ਬੱਟਾ ਬਹੁਤ ਚੌੜੀਆਂ ਤੇਰੀਆਂ ਪਹਿਲਾਂ ਹੀ ਜੇ ਸਵਾਗੇ ਨਾਲ ਮਿੱਟੀ ਲਾਈ ਖੇਤ ਸਾਰਾ ਖਰਾਬ ਹੋ ਜਾਣਾ ਇਹ ਵੀ ਸੱਚਾ ਹੈ ਖੇਤ ਉੱਚਾ ਨੀਵਾ ਹੈ ਕਿਹੜਾ ਆ ਉੱਚਾ ਉਹ ਨੀਵਾ ਹੈ जिंदे ना घुमा दी जिंदे ना घुमा के चौड़ा करके ना पैर घुमा दी तीन एक सार है कुछ ना तू लिफाफा लेके चढ़ा दे दे लिफाफा ही लाउणा बस फिर नहीं फिर भी चौड़ी बट होवे ना तुर होई जांदा तगड़े मिस्त्री है ऐसी ਬਾਕੀ ਬਾਈ ਸਲਾਹ ਇਦਾਂ ਹੈ ਵੀ ਜੇ ਲੋਟ ਲੱਗ ਗਿਆ ਡੌਲਾਂ ਡੁਲਾਂ ਪਾ ਕੇ ਮੈਂ ਲੇਜ਼ਰ ਮਰਵਾ ਦਾਂ ਜੇ ਤਾਂ ਬਈ ਮੈਂ ਕਿਹਾ ਲੇਜ਼ਰ ਕਰਾਉਣਾ ਹੋਇਆ ਮੜ ਪਤਲਾ ਪਤਲਾ ਤਾਂ ਫਿਰ ਮਿੱਟੀ ਲਾ ਲਈ ਸਵਾਗੇ ਨਾ ਹਨਾ ਚ ਦਲਵੀਰ ਨਹੀਂ ਫੇਰ ਨਾ ਜਿਹੜੀ ਜੇ ਇਹਦੇ ਚ ਆਏ ਕਰੀਏ ਵੀ ਆਪਾਂ ਬਹੁਤਾ ਟਾਈਮ ਨਹੀਂ ਲਾਉਣਾ ਯਾਰ ਜਿਕਣ ਆਪਾਂ ਨੇ ਉੱਥੇ ਮੰਡੇ ਕਮਾਇਆ ਤਾਂ ਦੋਹਰ ਕਰ ਲਾ ਹਾਂ ਵੀ ਇੱਕ ਵਾਰ ਆਏ ਮਾਰਤਾ ਇੱਕ ਵਾਰੀ ਆਏ ਹਨਾ ਮਿੱਟੀ ਪੂਰੀ ਫਿਰ ਪੱਧਰਾ ਹੀ ਹੋ ਗਿਆ ਫਿਰ ਉਹੀ ਤੈਨੂੰ ਮੈਂ ਇਹਨੂੰ ਕਹਿਣਾ ਜੀਰੋ ਰਹਿਣ ਦੇ ਜੀਰੋ ਯਾਰ ਜ਼ਿਆਦਾ ਪਤਾ ਕਿਆ ਹੈ ਜੀਰੋ 30 ਵਾਰ ਹੁੰਦਾ ਹੈ ਜੀਰੋ 30 ਵਾਰੀ ਜੇ ਜੇ ਜੀਰੋ ਹੋਣਾ ਹੈ ਤਾਂ ਕਈ ਵਾਰ ਜਿਕਣ ਹੁਣ ਇੱਕ ਸਾਈਡ ਜ਼ਿਆਦਾ ਨਹੀਂ ਮੀਆ ਲੱਗੂਗਾ ਨਾ 4 ਕਿੱਲਿਆਂ ਨੂੰ ਯਾਰ ਤੂੰ ਸੁੱਕਾ ਪੁੱਕਾ ਦੱਸਦਾ ਕਿੰਨਾ ਲੈਣਾ ਤੇਰਾ ਅੱਧਾ ਘੰਟਾ ਮੰਨ ਕੇ ਚੱਲ ਜੇ ਪੱਧਰ ਹੀ ਗੱਲ ਵੀ ਅੱਧਾ 40 ਕਿ ਮਿੰਟ ਲਾ ਕੇ ਚੱਲ ਵੀ ਕਿੱਲੇ ਦੇ ਮੈਨੂੰ ਮੇਰੇ 9 ਕਿੱਲਿਆਂ ਦਾ ਦੱਸ ਕਿੰਨੇ ਸੁੱਕਾ ਪੱਕਾ ਨਵੇੜਾ ਤੇਰੇ ਸਾਹਮਣੇ ਕਿ ਮੈਂ ਨਵੇੜ ਲਵਾਂ ਲੈ ਤੂੰ ਤਾਂ ਬਾਅਦ ਚ ਭੱਜੂਗਾ ਹੀ ਲੈ ਉਹ ਯਾਰ ਭੱਜਣਾ ਜਵਾਨ ਕਰ ਲੈ ਯਾਰ ਜਾਂ ਤੇ ਨਾ ਜਵਾਨ ਰਹੀ ਦੂਰਾ ਹੀ ਕਮਾਉਣਾ ਚਾਹੇ ਇੱਕ ਵਾਰ ਮਾਰ ਦੇ ਤੈਨੂੰ ਪਤਾ ਠੇਕੇ ਚ ਫੇਰ ਦੋ ਘਾਟੇ ਮੈਂ ਫਾਲਤੂ ਲੈਣੇ ਆ ਕਿਆ ਫਿੱਟਾ ਫਾਲਤੂ ਮੰਗੂਗਾ ਮੈਂ ਤਾਂ ਆਈ ਆ ਜੇ ਮੇਰੇ ਘਾਟ ਕੇ ਫੇਰ ਦੇ ਦੂੰਗਾ ਤੂੰ ਜਿਕਣਾ ਮਰਜ਼ੀ ਕਰ ਲੈ ਆਪਾਂ ਧਾਨਾਂ 'ਚ ਪਾਣੀ ਖੜਨਾ ਚਾਹੀਦਾ ਹਾਂ ਨਾ ਮਤਲਬ ਪੱਧਰਾ ਖੜਨਾ ਚਾਹੀਦਾ ਇਹਨੂੰ ਪੁੱਛ ਪਾਣੀ ਦਾ ਸਾਲੇ ਗਰੰਟੀ ਆ ਬਸ ਫਿਰ ਤੂੰ ਕਰ ਥਾਲੀ ਜਿੱਥੇ 4 ਕਿੱਲੇ ਪਾਲ ਦੀ 9 ਕਿੱਲੇ ਪਾਲੇ ਮੋਟਰ ਨੇ ਪਿਛਲੇ ਸਾਲ ਦੱਸ ਸਬੂਤ ਕੋਲ ਬੈਠੇ ਆ ਉਹੀ ਨਹੀਂ ਫਿਰਦਾ ਇਹ ਉੱਥੇ ਮੰਡ 'ਚ ਇੱਕ ਸਾਈਡ ਸਾਲਾ ਬਿੰਡੇ ਇੰਨਾ ਇੰਨਾ ਪਾਣੀ ਖੜ ਜੇ ਕਰੇ ਇੱਕ ਸਾਈਡ ਸਾਲਾ ਇੰਨਾ ਖੜੇ ਕਰੇ ਚਲੀ ਜਾਨੀ ਦਾ ਹੋਇਆ ਹੋਇਆ
थोड़ा ज्यादा समझना पैंदा काम लंबा चौड़ा हुंदा उहदे बिना इहने कहा कहिंदा मैं इधर नूं पानी तारना मैं कहा उतरूंगा पुछ मिट्टी बाद चो फुलदी आ जी एक बारी तां पद्धरा कर देना दूई बारी खेच लोट आउंदा हुंदा हुण मेरी गल सुन पलटावें नाल आए आ ना इक बार जिथे मिट्टी सैट होगी हां सैट होगी होगी मेरी भी तो होगी धुप लगनी फिर मीह नहीं कह मैं पनीरी बीजनी जिंदगी तेन क्या पता है जमीन जिंदगी थली दो दिन हो जूंगी रिस्क जे मीह पै जांदा चार पांच हजार दी दवाई गई थी 70% बाई 80% ठीक है 20% खराब हो 2000 रुपए तो सनकोरे थी फिर मैं देखदा अल्ट्राजीन थी 2 किलो वो अल्ट्राजीन है 70% ठीक होगी 30% खराब होगी तेरी इतनी हां तेरी भी गई हां चल कैरी और बीज दूंगा 26 कैरी और बीज ਨਾ ਬੀਜ ਲਾ ਤੇ ਕੋਲ ਵੀ ਯਾਰ 26 ਦਾ ਬੀਜ ਪਿਆ ਮੈਂ ਕਿਹਾ ਇਹਨੂੰ ਸਾਫ਼ ਕਰ ਭੈਣ ਥੈਲਾ ਭਰਿਆ ਪਿਆ ਮੈਂ ਕਿਹਾ ਸਾਫ਼ ਕਰਕੇ ਇਹਨੂੰ ਬੀਜ ਦੇ ਮੈਂ ਸਾਫ਼ ਕਰਕੇ ਰੱਖੀ ਵੀ ਆ ਨਹੀਂ ਸਾਫ਼ ਮੈਂ ਦੇਖਿਆ ਬੂਜ਼ ਐਡਾ ਐਡਾ ਪਿਆ ਉਹ ਚ ਤਿੰਦੇ ਦੇ ਤੇਰੇ ਦਾ ਹੋਣਾ ਹੀ ਆ ਓਏ ਮੋਟਰ ਵੱਲ ਤੇ ਲਾਉਣ ਲੱਗ ਜਾ ਮੋਟਰ ਵੱਲ ਤੇ छब्बी करी छब्बी डबो लड़े दो किले मेरे एक बंजा नो पनीर पट्टन किसी पट्ट के छब्बी ला गए नुकसान फिर भी घर आली देना तो नहीं किसी का औखा सौखा सार लंदा बंदा ਹੁਣ ਠੇਕੇ ਵਾਲੇ ਨੇ ਤਾਂ ਮੰਗਣਾ ਇੱਧਰ ਪੁੱਛ ਕੇ ਦੇਖ ਲਾ ਧੁੱਤੜੀ ਆਈ ਪਈ ਤੀ ਕੋਈ ਫਲਾਣਾ ਕਰਦਾ ਵਾ ਉਹਨੂੰ ਕੋਈ ਫਲਾਣਾ ਕਰਦਾ ਇਹਦਾ ਕਣਕ ਵਧੀਆ ਰਹੀ ਇਹਦੀ ਤਾਂ ਮਾੜਾ ਜਿਹਾ ਠੀਕ ਆ ਗਿਆ ਹੁਣ ਕੰਮ ਬਾਕੀ ਗੰਨਾ ਹੀ ਹੁਣ ਤੈਨੂੰ ਮੈਂ ਦੱਸਦਾ ਖੇਤੀ ਵਧੀਆ ਹੋਈ ਜਾਵੇ ਚੱਲੀ ਜਾਂਦਾ ਤੇਰੀ ਇੱਕ ਫਸਲ ਮਰ ਗਈ ਨਾ ਤੇਰਾ ਜਿਹੜੇ ਸਾਲ ਘਟੋਲਦਾ ਉਹ ਤਾਂ ਟੁੱਟਦਾ ਹੀ ਹੈ ਯਾਰ ਜੇ ਤਾਂ ਬਾਈ ਠੇਕੇ ਵੱਲ ਲੈਣੀ ਜ਼ਮੀਨ ਤਾਂ ਘਰ ਵਾਲੀ ਚ ਬੂਟੇ ਗੰਨਾ ਬਸ ਉਹ ਚਲੋ ਚੱਲੀਏ ਯਾਰ ਪਨੀਰੀ ਵਾਲ ਤਿਆਰ ਕਰ ਮੇਰਾ ਚਲੋ ਬਾਈ ਚਲੋ ਚੱਲ ਚੱਲ ਲੇਜ਼ਰ ਕਰਾਂ ਤੇਰਾ ਉੱਥੇ ਹੋ ਚਲੋ ਆਜੋ ਮੈਂ ਰੇਰੂ ਲੈ ਕੇ ਆਇਆ ਤੈਨੂੰ ਪਾਉਣ ਇੱਧਰ ਬਈ ਮਸ਼ੀਨ ਚੱਲਦੀ ਹੈ ਜੇਸੀ ਵੀ ਉਹਨੂੰ ਦੇਖਦਾ ਉਹਨਾਂ ਟਰੈਕਟਰ ਨੂੰ ਚੱਲ 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 ਬਾਕੀ ਉਰੇ ਆ ਕੇ ਹੌਲੀ ਹੋ ਗਿਆ ਨਹੀਂ ਪੈਰ ਦੇਖਿਓ ਕਿੰਨੇ ਸੋਹਣੇ ਬੋਲਦੇ ਆ ਬਣੇ ਵੀ ਹੋ ਗਏ ਨਾ ਐਨ ਵਧੀਆ ਪੈਰ ਇਹ ਬੋਲਦੇ ਆਵਾਜ਼ ਬਹੁਤ ਵਧੀਆ ਲੱਗਦੀ ਚੱਲ 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 ਉਰੇ ਦੇਖੋ ਬਈ ਆਹ ਬੈਣਾ ਆਈਆਂ ਵਿੱਚੀਆਂ ਅਤੇ ਉਹਨਾਂ ਨੇ ਕਿੰਨਾ ਖੋਰੂ ਮਾਰਿਆ ਗਿਆ ਕੱਲ੍ਹ ਨੱਚਦੀਆਂ ਫਿਰਦੀਆਂ ਆਹ ਖੇਤਾਂ ਵਾਹੇ ਵੀ ਇਹਨਾਂ ਦੇ ਸਾਰੇ ਖੇਤ ਉਹਦੇ ਕਰਕੇ ਗਾਹ ਪਾਉਂਦੀਆਂ ਫਿਰਦੀਆਂ ਨਹੀਂ ਉਰੇ ਚੱਲ ਚੱਲ
ਬਾਕੀ ਹੁਣ ਚੱਲਦੇ ਜੀ ਅੱਗੇ ਤੇ ਘਰ ਕੋਲ ਆ ਗਏ ਤਾਂ ਚੱਲ 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 ਉਹ ਤੱਕ ਸਿਰੇ ਤੱਕ ਗੇੜਾ ਦਵਾ ਕੇ ਲਿਆਉਣਾ ਹੈ ਨਾ ਚੱਲ 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 ਪਾ ਪੁੱਤ ਆਪਾਂ ਨੇ ਹੁਣ ਛੱਡਤਾ ਇਹਦੇ 'ਚ ਪਰ ਆਉਂਦੇ ਹੋਏ ਅੱਜ ਪੂਰਾ ਜ਼ੋਰ ਮਾਰਦਾ ਤਾ ਬਾਕੀ ਬਈ ਮੇਰੇ ਸੱਟ ਜੀ ਵੱਜ ਗਈ ਗੋਡਾ ਛਿੱਲ ਹੋ ਗਿਆ ਅਤੇ ਉਂਗਲੀਆਂ ਟੁੱਕ ਗਈਆਂ ਅਤੇ ਹੱਥ ਬੰਨ੍ਹੇ ਜਿਹਾ ਵੱਟ ਗਿਆ ਅਤੇ ਕੁੱਤਾ ਮੂਹਰੇ ਆ ਗਿਆ ਨਾਲੇ ਜਾਂਦਾ ਹੌਲੀ ਹੌਲੀ ਤਾਂ ਭਲਿਆਉਣ ਦਿੰਦਾ ਅਤੇ ਮੂਹਰੇ ਆ ਗਏ ਕੁਲਾ ਕੁੱਤੇ ਮਗਰ ਪੈ ਜਾਂਦੇ ਗੰਨੇ 'ਚੋਂ ਨਿਕਲ ਕੇ ਵਿੱਚ ਵੱਜੀਆਂ ਅਤੇ ਬਚਾਓ ਹੋ ਗਿਆ ਫਿਰ ਵੀ ਅਤੇ ਡਾਕਟਰ ਦਾ ਕਹਿੰਦਾ ਟਾਂਕਾ ਲਵਾ ਲਾ ਮੈਂ ਟਾਂਕਾ ਟੂੰਕਾ ਨਹੀਂ ਮਾਇਆ ਜੋੜ ਲਿਆ ਮੈਂ ਹੁਣ ਠੀਕ ਹੋ ਗਿਆ ਹੈ ਨਾ ਖੂਨ ਰੁਕ ਗਿਆ ਅਤੇ ਬਾਕੀ ਹੁਣ ਹੀਰੇ ਨੂੰ ਘੁਮਾ ਕੇ ਆਇਆ ਤਾ ਹੀਰੇ ਨੂੰ ਹੁਣ ਪਾਣੀ ਪੂਣੀ ਪੀ ਲੂੰਗਾ ਦਾਣਾ ਦੂਣਾ ਖਾ ਲੂੰਗਾ ਅਤੇ ਆਪਾਂ ਨੇ ਮਾੜਾ ਮੁੰਡੇ ਕੋਲ ਜਾ ਕੇ ਆਉਣਾ ਅਤੇ ਉਹਨੂੰ ਲੈਂਟਰ ਵਾਲੀ ਮਸ਼ੀਨ ਜੀ ਦਵਾਈ ਅਤੇ ਉਹ ਛੱਡ ਕੇ ਜਾਣੀ ਉਹਨੇ ਫਿਰ ਉੱਥੇ ਨੂੰ ਚੱਲੇ ਹੁਣ ਨਾ ਧੋ ਕੇ ਬਾਕੀ ਹੁਣ ਇੱਕ ਦੋ ਤਰੀਕ ਨੂੰ ਫਲੋਰ ਉੱਥੇ ਜਾਵਾਂਗੇ ਅੱਜ ਦੀਆਂ ਥੋੜ੍ਹਾ ਜਲੰਧਰ ਕੋਲ ਉਹ ਕੈਂਸਲ ਹੋ ਗਈਆਂ ਅਤੇ ਬਾਕੀ ਟਰਾਲੀ ਦਾ ਸਮਾਨ ਲੈ ਕੇ ਆਉਂਦਾ ਥੋੜ੍ਹਾ ਜਿਹਾ ਅੱਜ ਮਰਿੰਡੇ 'ਤੇ ਉਹ ਵੀ ਤਿਆਰ ਹੋ ਰਹੀ ਆ ਵੈਸੇ ਕੰਪਲੀਟ ਹੋ ਜਾਣੀ ਕੱਲ੍ਹ ਕੁੱਲੂ ਅਤੇ ਇੱਕ ਖੁਸ਼ੀ ਦੀ ਖੁਸ਼ੀ ਚਲੋ ਉੱਦਣੇ ਦੇਣਗੇ ਜਿੱਦਣ ਆਪਾਂ ਚੀਜ਼ ਲੈ ਆਉਂਦੀ ਅਤੇ ਬਾਕੀ ਦੱਸਾਂਗੇ ਤੁਹਾਨੂੰ ਵੀਡੀਓ 'ਚ ਅਤੇ ਹੁਣ ਚੱਲਦੇ ਹਾਂ ਮਾੜਾ ਜਿਹਾ ਆ ਕੇ ਹੀਰੇ ਨੂੰ ਦਾਣਾ ਦੂਣਾ ਪਾਉਂਦੇ ਫਿਰ ਘਰ ਆ ਗਏ ਆਪਾਂ ਅਤੇ ਹੀਰੇ ਨੂੰ ਦਾਣਾ ਪਾਤਾ ਇੱਧਰ ਬੰਨ੍ਹਤਾ ਮੱਕੀ ਥੋੜ੍ਹਾ ਲੇਟ ਹੋ ਕੇ ਟਰਾਲਾ ਜਿਹਾ ਕੱਢਣ ਗਏ ਤੇ ਜੱਗੇ ਵੀ ਇਹਨਾਂ ਦਾ ਉਹਨਾਂ ਮੱਕੀ ਤਾਂ ਭਰਿਆ ਹੋਇਆ ਤਾਂ ਉਦੋਂ ਦਾ ਜਿੱਥੇ ਨੂੰ ਕਾਲੇ ਚਾਚੇ ਵਾਲਾ ਕੱਢ ਲਿਆ ਕੱਢਿਆ ਉੱਥੇ ਨੂੰ ਚੜਾਇਆ ਤਾ ਫਿਰ ਅਤੇ ਤਾਂ ਕਰਕੇ ਥੋੜ੍ਹੇ ਲੇਟ ਹੋ ਗਏ ਬਾਕੀ ਦਾਣਾ ਪਾਤਾ ਹੁਣ ਅਤੇ ਅੱਧਾ ਵਲੋਗ ਬਈ ਇੱਥੇ ਤੱਕ ਮਿਲਦਾ ਕਿਸੇ ਹੋਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।